ਡੇਟਾ ਪੁਆਇੰਟਸ ਮਿਲਦੇ ਆ ਐਵਰੀ ਵੀਕ ਐਵਰੀ ਡੇ, ਕਿੱਦਾਂ ਉਹ ਮਾਰਕੀਟ ਮੂਵ ਹੁੰਦੀ ਹੈ ਉਹਨਾਂ ਡੇਟਾ ਪੁਆਇੰਟਸ ਨਾਲ, ਵੀ ਟਾਕ ਅਬਾਊਟ ਦੈਟ. ਸੋ ਟੈਕ ਫੰਡਾਮੈਂਟਲਸ ਆਰ ਦੋਜ਼. ਸੋ ਟੈਕਨੀਕਲਸ ਐਜ਼ ਇਟ ਸਾਊਂਡ ਟੈਕਨੀਕਲ, ਸੋ ਇਹ ਟੈਕਨੀਕਲੀ ਆ ਇੱਕ ਤਰ੍ਹਾਂ ਨਾਲ. ਸੋ ਇਹ ਥੋੜੇ ਕੰਪਲੀਕੇਟਡ ਹੁੰਦੇ ਆ ਪਰ ਦੇ ਓਨਲੀ ਬੇਸਡ ਔਨ ਚਾਰਟ. ਸੋ ਜਦੋਂ ਮੈਂ ਤੁਹਾਨੂੰ ਦੱਸੂਗਾ ਚੀਜ਼ਾਂ, ਯੂ ਵਿਲ ਸੇ ਕਿ ਹਾਂ ਇੰਨਾ ਸੌਖਾ ਆ ਚਾਰਟ ਪੜ੍ਹਨੇ, ਇੰਨੇ ਸੌਖੇ ਆ ਟ੍ਰੇਡ ਲੈਣੇ. ਯੂ ਵਿਲ ਬੀ ਬਲੋਨ ਅਵੇ ਵਿਦ ਦੈਟ ਮਾਇੰਡ ਸੈਟ ਕਿ ਇਟਸ ਨੋਟ ਐਜ ਕੰਪਲੀਕੇਟਡ ਐਜ ਇਟ ਸੀਮ, ਕਿ ਜਿੰਨੇ ਕੰਪਲੀਕੇਟਡ ਲੱਗਦੀ ਆ ਇੰਨੀ ਹੈ ਨੀ ਗੀ ਟ੍ਰੇਡਿੰਗ, ਇੰਨੀ ਹੈ ਨੀ ਗੀ ਟੈਕਨੀਕਲ ਅਨਾਲਿਸਿਸ. ਸੋ ਮੈਂ ਤੁਹਾਨੂੰ ਇਦਾਂ ਦੀ ਚੀਜ਼ਾਂ ਟ੍ਰੇਨ ਕਰ ਟੀਚ ਕਰਨੀਆਂ ਜਿਹੜੀਆਂ ਮੈਂ ਖੁਦ ਜਿਹੜੀਆਂ ਚੀਜ਼ਾਂ ਸਿੱਖ ਕੇ ਗਰੋ ਹੋਇਆ. ਸੋ ਮੈਂ ਬਹੁਤ ਕੰਪਲੀਕੇਟਡ ਮੈਂ ਲਾਈਕ ਨਹੀਂ ਕਰਦਾ. ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੀਪ ਇਟ ਸਿੰਪਲ, ਆਪਣੀ ਟ੍ਰੇਡਿੰਗ ਨੂੰ ਜਿੰਨਾ ਸਿੰਪਲ ਰੱਖੋਗੇ ਓਨਾ ਹੀ ਤੁਸੀਂ ਵਧੀਆ ਗਰੋ ਕਰੋਗੇ. ਜਿੰਨਾ ਕੰਪਲੀਕੇਟ ਕਰੋਗੇ, ਜਿੰਨੇ ਜਾਂ ਤੁਸੀਂ ਇੰਡੀਕੇਟਰਾਂ ਤੇ ਪੈਸੇ ਦੇ ਜਾਓਗੇ ਜਾਂ ਹੋਰ ਇੰਡੀਕੇਟਰ ਐਪ ਇਨਵੋਲਵ ਕਰੀ ਜਾਓਗੇ ਮੈਪਾਂ ਦੇ ਵਿੱਚ, ਓਨਾ ਹੀ ਜ਼ਿਆਦਾ ਤੁਹਾਡੀ ਟ੍ਰੇਡਿੰਗ ਕੰਪਲੀਕੇਟ ਹੋ ਜਾਣੀ ਹੈ ਐਂਡ ਯੂ ਨੈਵਰ ਬੀ ਅ ਸਕਸੈਸਫੁਲ ਟ੍ਰੇਡਰ. ਸੋ ਜਦੋਂ ਤੁਸੀਂ ਸਟਾਰਟ ਕਰਦੇ ਆ ਟ੍ਰਾਈ, ਉਦੋਂ ਆਪਣੇ ਜਿਹੜੇ ਡਿਸੀਜਨਸ ਹੁੰਦੇ ਆ ਟ੍ਰਾਈ ਟੂ ਮੇਕ ਦੋਜ਼ ਡਿਸੀਜਨ ਬੇਸਡ ਔਨ ਦ ਫੈਕਟਸ. ਜਿਹੜੇ ਨੰਬਰਸ ਆਉਂਦੇ ਆ ਇਕਨੋਮਿਕ ਇੰਡੀਕੇਟਰਸ ਜਾਂ ਟੈਕਨੀਕਲੀ ਜੋ ਚੈੱਕ ਕਰਦੇ ਆ, ਸਪੋਰਟ ਰੈਜ਼ਿਸਟੈਂਸ ਕੈਂਡਲਸ ਕੰਫਰਮੇਸ਼ਨਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਅੱਜ ਟੀਚ ਕਰ ਰਹੀ ਆ. ਵੀ ਕੀਪ ਅਪ ਵਿਦ ਦ ਟਾਈਮ ਯਾ. ਸੋ ਟੈਕਨੀਕਲ ਅਨਾਲਿਸਿਸ ਜਿਹੜੇ ਹੁੰਦੇ ਆ ਇਹ ਵੀ ਆਰ ਨੋਟ ਨੈਸੈਸਰੀ ਫੋਕਸ ਔਨ ਦ ਰੀਜ਼ਨ ਆਫ ਐਨੀ ਪੋਲਿਟੀ. ਇਹਦੇ ਵਿੱਚ ਕੁਛ ਪੋਲੀਟੀਕਲ ਨਹੀਂ ਹੁੰਦਾ, ਕੁਛ ਕੋਈ ਨੰਬਰਸ ਨਹੀਂ ਹੁੰਦੇ, ਕੋਈ ਇਕਨੋਮਿਕ ਕ੍ਰਾਈਸਿਸ ਨਹੀਂ ਹੁੰਦੀਆਂ. ਇਹ ਸਿਰਫ ਜਿਹੜੇ ਟੈਕਨੀਕਲ ਮਤਲਬ ਕੋਈ ਇਦਾਂ ਦਾ ਪ੍ਰਾਈਸ ਫੈਕਟਰ ਨਹੀਂ ਹੁੰਦਾ ਜਿਹੜਾ ਕਿਸੇ ਪਰਸਨ ਕਰਕੇ ਜਾਂ ਕਿਸੇ ਗਵਰਨਮੈਂਟ ਕਰਕੇ ਦ ਸਾਊਂਡ ਮਾਈਟ ਬੀ ਯੋਰ ਇੰਟਰਨੈਟ ਓਨਲੀ ਪੋਸੀਬਲੀ. ਮੇ ਬੀ ਤੁਹਾਨੂੰ ਆਪਣਾ ਇੰਟਰਨੈਟ ਚੈੱਕ ਕਰ ਲਓ, ਸ਼ਾਇਦ ਕਈ ਵਾਰ ਇਹਦਾ ਹੋ ਜਾਂਦੀ ਆ. ਸਮਟਾਈਮ ਯੂ ਕਾਲ ਲੈਸ ਰਿਸੈਪਸ਼ਨ ਜਾਂ ਲੈਸ ਇੰਟਰਨੈਟ ਸਪੀਡ ਔਰ ਸਮਥਿੰਗ. Because mine is working fine, my indicator shows 5 star 5 bars. So technical jehde hai kise bhi person ya kise bhi country di health jehdi hai ohde te depend hi hunde. So major currency jehde hai inna di jehdiyan currencies hundiyan mainly jehde technical base hunde hai, currencies de vich ik factor hunde hai, ik hunda ਕੀ ਨੋਟਿਸੇਬਲ ਪੈਟਰਨ ਹੁੰਦੇ ਜਿਹੜੇ ਓਵਰ ਦਾ ਟਾਈਮ ਹੈ ਉਹ ਬਣਦੇ ਰਹਿੰਦੇ ਆ, ਕਿਉਂਕਿ ਹਿਸਟੋਰੀਕਲ ਡੇਟਾ ਹੁੰਦਾ. ਜਿਹੜੇ ਟੈਕਨੀਕਲਸ ਆ ਇਟਸ ਬੇਸਡ ਔਨ ਦਾ ਹਿਸਟੋਰੀਕਲ ਡੇਟਾ, ਅੱਜ ਤੋਂ ਪਹਿਲਾਂ ਕੀ ਹੋ ਚੁੱਕਾ ਆ, ਪਿਛਲੇ ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ, 5 ਸਾਲਾਂ ਦੇ ਵਿੱਚ, 2 ਸਾਲਾਂ ਦੇ ਵਿੱਚ, 6 ਮਹੀਨਿਆਂ 'ਚ, 2 ਮਹੀਨਿਆਂ 'ਚ ਜੋ ਹੋਇਆ ਆ ਉਹਦੇ ਬੇਸ ਦੇ ਉੱਤੇ ਟੈਕਨੀਕਲ ਇੰਡੀਕੇਟਰਸ ਜਿਹੜੇ ਆ ਫੋਰਮ ਹੁੰਦੇ ਆ. ਪ੍ਰਾਈਜ਼ ਐਕਸ਼ਨ ਜਿਹੜਾ ਹੁੰਦਾ ਰੋਜ਼, ਜਿਹੜੇ ਮੇਜਰ ਕਰੰਸੀ ਰੇਟਸ ਹੁੰਦੇ ਆ, ਦੇ ਹੈਵ ਸ਼ੋਨ ਟੂ ਫੋਰਮ ਨੋਟਿਸੇਬਲ ਪੈਟਰਨਸ ਓਵਰ. ਟੈਕਨੀਕਲ ਅਨਾਲਿਸਿਸ ਅਟੈਂਪਟਸ ਟੂ ਫੋਰਕਾਸਟ ਦੀਸ ਪੈਟਰਨਸ ਐਸ ਏ ਮੀਨਸ ਟੂ ਹੈਲਪ ਸੈਟ ਰਿਸਕ ਪੈਰਾਮੀਟਰਸ ਔਰ ਫਾਈਂਡ ਪ੍ਰੋਫਿਟ ਓਪਰਚੁਨਿਟੀਜ਼ ਫਾਰ ਅ ਟ੍ਰੇਡਰ. ਠੀਕ ਆ, ਇਹ ਸਿਰਫ ਆਪਾਂ ਇਹ ਜਦੋਂ ਟੈਕਨੀਕਲ ਅਨਾਲਿਸਿਸ ਆਪਾਂ ਸਾਡੇ ਬੇਸ ਹੁੰਦੇ, ਇੱਕ ਫੋਰਕਾਸਟ ਹੁੰਦਾ ਜਿਹੜਾ ਅਸੀਂ ਦੇਖਦੇ ਹਾਂ ਕਿ ਇਹਦਾ ਪੁਰਾਣਾ ਪ੍ਰਾਈਸ ਪੈਟਰਨ ਕੀ ਸੀ ਤੇ ਵਾਟ ਵੀ ਐਕਸਪੈਕਟਿੰਗ ਫਰੋਮ ਦਾ ਨਿਊ ਪ੍ਰਾਈਸ ਪੈਟਰਨ, ਕਿ ਇਹ ਪੁਰਾਣੀ ਪ੍ਰਾਈਸ ਜਿਹੜੀ ਆ ਇੱਥੇ ਤੱਕ ਮੈਕਸੀਮਮ ਗਈ ਆ, ਇੱਥੇ ਤੱਕ ਮੈਕਸੀਮਮ ਡਾਊਨ ਗਈ ਆ, ਇੱਥੇ ਤੱਕ ਮੈਕਸੀਮਮ ਹਾਈ ਗਈ ਆ, ਹੁਣ ਇਹ ਦੁਬਾਰਾ ਉਸ ਟਾਰਗੇਟ ਨੂੰ ਰੀਚ ਕਰ ਰਹੀ ਆ, ਵਿਲ ਇਟ ਬ੍ਰੇਕ, ਇਹ ਬ੍ਰੇਕ ਕਰੂਗੀ ਉਸ ਪੁਰਾਣੀ ਪ੍ਰਾਈਸ ਨੂੰ ਜਾਂ ਇਹ ਰਿਵਰਸ ਕਰੂਗੀ, ਕਿੰਨੀ ਵਾਰ ਇਹ ਹੋ ਚੁੱਕਾ ਆ, ਮਤਲਬ ਉਸ ਲੈਵਲ ਦੇ ਉੱਤੇ ਜਾ ਕੇ ਪ੍ਰਾਈਸ ਕਿੰਨੀ ਵਾਰ ਵਾਪਸ ਮੁੜੀ ਆ ਜਾਂ ਕਿੰਨੀ ਵਾਰ ਰਿਵਰਸ ਕੀਤੀ ਆ. ਸੋ ਇਹ ਜਿਹੜੇ ਡਿਫਰੈਂਟ ਡਿਫਰੈਂਟ ਫੈਕਟਰ ਹੁੰਦੇ ਆ ਅਸੀਂ ਦੇਖਦੇ ਹਾਂ ਟੈਕਨੀਕਲ ਦੇ ਵਿੱਚ, ਇਹ ਸਬਜੈਕਟਿਵ ਪੈਟਰਨ ਰੈਕਗਨੀਸ਼ਨ ਹੁੰਦੇ ਆ. ਜਦੋਂ ਵੇਵ ਕਾਉਂਟਸ ਹੋ ਗਈਆਂ, ਅਸੀਂ ਬਾਰਾਂ ਨੂੰ ਦੇਖਦੇ ਹਾਂ ਕਿ ਉਹ ਵੇਵਸ ਕੀ ਬਣਦੀਆਂ ਪਈਆਂ, ਉਹਨਾਂ ਦਾ
ਹੈਡ ਐਂਡ ਸ਼ੋਲਡਰ, ਡਿਫਰੈਂਟ ਡਿਫਰੈਂਟ ਹਰੇਕ ਕੈਂਡਲ ਜਿਹੜੀ ਆ, ਵਿਕਸ, ਬੋਡੀ ਪਾਰਟਸ ਜਿਹੜੇ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਣੇ ਆ ਨੀਵੇ। ਸੋ ਉਹ ਹਰੇਕ ਕੈਂਡਲ ਦਾ ਕੀ ਮਤਲਬ ਹੁੰਦਾ ਜਦੋਂ ਕੈਂਡਲ ਫਾਰਮ ਕਰਦੀ ਆ। ਇਸ ਜਿਹੜੇ ਟੂਲਸ ਹੈ, ਇਹ ਐਜ਼ ਅ ਗਾਈਡ ਆਪਾਂ ਯੂਜ਼ ਕਰਦੇ ਆ। ਇਹ 100% ਕੁਛ ਨਹੀਂ ਹੁੰਦਾ ਕਿਸੇ ਵੀ ਲੈਵਲ ਦੇ ਉੱਤੇ, ਨਾ ਇਹਦਾ ਫੰਡਾਮੈਂਟਲ ਨਾ ਇਹਦਾ ਟੈਕਨੀਕਲਸ। ਇਹ ਜਿਹੜੇ ਟੂਲਸ ਹੈ ਤੁਹਾਨੂੰ ਇਹ ਤੁਹਾਨੂੰ ਹੈਲਪ ਕਰਦੇ ਆ ਅੰਡਰਸਟੈਂਡ ਕਰਨ ਲਈ ਕਿ ਮਾਰਕੀਟ ਕਿੱਦਾਂ ਮੂਵ ਹੁੰਦੀ, ਕਿੱਦਾਂ ਪ੍ਰਾਈਸ ਜਿਹੜੇ ਐਕਸ਼ਨ ਹੁੰਦੇ ਆ ਉਹ ਲਿਮਿਟ ਹੁੰਦੇ ਆ, ਕਿ ਕਿਹੜੀ ਇੱਕ ਸਪੈਸਿਫਿਕ ਪ੍ਰਾਈਸ ਹੈ ਜਿੱਥੋਂ ਅੱਗੇ ਜਾ ਕੇ ਪ੍ਰਾਈਸ ਵੱਧਦੀ ਨਹੀਂ, ਜਾਂ ਕਿਹੜੀ ਇੱਕ ਪ੍ਰਾਈਸ ਹੈ ਜਿੱਥੋਂ ਅੱਗੇ ਜਾ ਕੇ ਪ੍ਰਾਈਸ ਘਟਦੀ ਨਹੀਂ। ਸੋ ਦੇਰ ਆਰ ਡਿਫਰੈਂਟ ਡਿਫਰੈਂਟ ਫੈਕਟਰ ਜਿਹੜੇ ਤੁਸੀਂ ਚੈੱਕ ਕਰਦੇ ਆ, ਤੇ ਤੁਸੀਂ ਅਸਿਊਮ ਕਰਦੇ ਆ ਕਿ ਚਾਰ ਪੈਟਰਨਸ ਓਕੇ ਇਸ ਟਚਿੰਗ ਦੈਟ, ਇਸ ਲੈਵਲ ਤੋਂ ਪਹਿਲਾਂ ਚਾਰਟ ਉੱਪਰ ਗਿਆ ਹੀ ਨਹੀਂ ਕਦੀ। ਸੋ ਵੀ ਮੇਕ ਡਿਸੀਜਨ ਕਿ ਐਤਕੀ ਵੀ ਚਾਰਟ ਉੱਥੇ ਆ ਕੇ ਵਾਪਸ ਡਿੱਗੂਗਾ। ਸੋ ਉੱਥੇ ਅਸੀਂ ਇੱਕ ਜਿਹੜੀ ਗਲਤੀ ਕਰ ਜਾਂਦੇ, ਇੱਕ ਸਟਰੋਂਗ ਟੈਕਨੀਕਲ ਤੇ ਫੰਡਾਮੈਂਟਲ ਅਨਾਲਿਸਿਸ ਜਿਹੜਾ ਬੰਦਾ ਵਧੀਆ ਹੁੰਦਾ ਉਹ ਕੀ ਕਰਦਾ ਹੈ, ਜਦੋਂ ਉਸ ਲੈਵਲ ਤੇ ਪਹੁੰਚ ਜਾਂਦੇ ਜਿੱਥੇ ਪਹਿਲਾਂ ਵੀ ਪ੍ਰਾਈਸ ਪਹੁੰਚੀ ਹੋਈ ਆ ਪਰ ਉਸ ਤੋਂ ਉੱਤੇ ਨਹੀਂ ਕਦੀ ਗਈ, ਦੈਟ ਪਰਸਨ ਵਿਲ ਚੈੱਕ ਕਿ ਇਹਦਾ ਕੋਈ ਰਿਲੇਟਡ ਈਵੈਂਟ ਤਾਂ ਨਹੀਂ ਆਉਣ ਵਾਲਾ ਉਸ ਟਾਈਮ ਦੇ ਅਰਾਊਂਡ ਜਦੋਂ ਇਹ ਉਸ ਲੈਵਲ ਤੇ ਪਹੁੰਚੂਗੀ ਜਿੱਥੇ ਰਿਐਕਟ ਹੋ ਸਾਰੀ ਪ੍ਰਾਈਸ। ਜੇ ਈਵੈਂਟ ਆਉਣ ਵਾਲਾ ਹੈ, ਜਿਹੜਾ ਸਿਆਣਾ ਟ੍ਰੇਡਰ ਆ ਉਹ ਵੇਟ ਕਰੇਗਾ ਉਸ ਈਵੈਂਟ ਦੇ ਹੈਪਨ ਹੋਣ ਦੀ, ਐਂਡ ਦੈਨ ਵਿਲ ਸੀ ਕਿ ਇਹ ਉਸ ਈਵੈਂਟ ਦਾ ਰਿਜ਼ਲਟ ਕੀ ਆਇਆ, ਦੈਨ ਹਾਊ ਆਮ ਗੋਇੰ ਟੂ ਟੇਕ ਐਕਸ਼ਨ ਨਾਊ। ਸੋ ਬਹੁਤ ਸਾਰੇ ਲੋਕੀ ਜਿਹੜੇ ਆ ਵਧੀਆ ਟ੍ਰੇਡਰ ਆ, ਜਿਹੜੇ ਟਾਪ ਟ੍ਰੇਡਰਸ ਆ, ਦੇ ਮਿਕਸ ਫੰਡਾਮੈਂਟਲ ਐਂਡ ਟੈਕਨੀਕਲਸ ਐਂਡ ਦੈਨ ਮੇਕ ਦੇ ਡਿਸੀਜਨਸ। ਤੋ ਟੈਕਨੀਕਲ ਅਨਾਲਿਸਿਸ ਟ੍ਰੇਡਿੰਗ ਡਿਸਪਲਿਨ ਇੰਪਲੋਇਡ ਟੂ ਵੈਲਿਊਏਟ ਇਨਵੈਸਟਮੈਂਟਸ ਐਂਡ ਆਈਡੈਂਟੀਫਾਈ ਟ੍ਰੇਡਿੰਗ ਓਪਰਚੁਨਿਟੀ। ਸੋ ਆਪਾਂ ਟ੍ਰੇਡਿੰਗ ਓਪਰਚੁਨਿਟੀਜ਼ ਆਈਡੈਂਟੀਫਾਈ ਕਰਦੇ ਚਾਰਟਸ ਦੇ ਵਿੱਚ, ਫੰਡਾਮੈਂਟਲ ਵਾਂਗੂ ਨਹੀਂ ਕਿ ਉਹਦੇ 'ਚ ਅਸੀਂ ਸਿਰਫ ਦੇਖਦੇ ਹਾਂ ਕਿ ਫੰਡਾਮੈਂਟਲ ਰਿਜ਼ਲਟ ਕੀ ਹੋਗਾ ਉਹਦੇ ਬੇਸ ਤੇ, ਨਾ ਇਹਦੇ 'ਚ ਅਸੀਂ ਪ੍ਰਾਈਸ ਦੇ ਬੇਸ ਦੇ ਉੱਤੇ, ਹਿਸਟੋਰੀਕਲ ਪ੍ਰਾਈਸ ਦੇ ਬੇਸ ਦੇ ਉੱਤੇ ਡਿਸੀਜਨ ਬਣਾਉਣੇ ਆ, ਜਿਹੜਾ ਚਾਰਟਸ ਪੜ੍ਹ ਪੜ੍ਹ ਕੇ ਉਹਦੇ ਕੀ ਕਿੱਦਾਂ ਚਾਰਟਸ ਆ, ਕਿੱਦਾਂ ਕੈਂਡਲਸ ਰਿਐਕਟ ਕੀਤੀਆਂ ਐਂਡ ਐਵਰੀਥਿੰਗ। ਸੋ ਨੈਸੈਸਿਟੀ ਆਫ ਟੈਕਨੀਕਲ ਅਨਾਲਿਸਿਸ, ਕਿਉਂ ਟੈਕਨੀਕਲ ਅਨਾਲਿਸਿਸ ਚਾਹੀਦਾ, ਨੈਸੈਸਿਟੀ ਕੀ ਆ, ਕਿਉਂਕਿ ਸਾਡੇ ਕੋਲ ਡੇਟਾ, ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਡੇਟਾ ਬਹੁਤ ਆ। ਡੇਟਾ ਜਿਹੜਾ ਆ ਇਟਸ ਇਨ ਇਟਸੈਲਫ, ਜੇ ਤੁਹਾਨੂੰ ਐਨਾਲਾਈਜ਼ ਕਰਨਾ ਹੁੰਦਾ ਡੇਟਾ, ਯੂ ਵਿਲ ਨੋ ਕਿ ਡੇਟਾ ਜਿਹੜਾ ਪੁਰਾਣਾ ਡੇਟਾ ਉਹਨੂੰ ਐਨਾਲਾਈਜ਼ ਕਰਕੇ ਅਸੀਂ ਬਹੁਤ ਵਧੀਆ ਰਿਜ਼ਲਟਸ ਦੇ ਉੱਤੇ ਪਹੁੰਚ ਜਾਂਦੇ ਹਾਂ, ਕਿਉਂਕਿ ਸਾਨੂੰ ਪਤਾ ਜਾਂਦਾ ਕਿ ਇਹਦੀ ਮੈਕਸਿਮਮ ਪ੍ਰਾਈਸ ਕੀ ਆ, ਮਿਨੀਮਮ ਪ੍ਰਾਈਸ ਕੀ ਰਹੀ ਆ ਅੱਜ ਤੱਕ ਦੀ, ਕਿੰਨੀ ਵਾਰ ਇਹ ਫਲਾਨੀ ਫਲਾਨੀ ਪ੍ਰਾਈਸ ਟੱਚ ਕੀਤਾ, ਕਿੰਨੀ ਵਾਰ ਇਹਨੇ ਕਿੱਦਾਂ ਦੇ ਪੈਟਰਨ ਬਣਾਏ ਆ, ਇਹ ਡ੍ਰੌਪ ਹੋਈ ਆ, ਇਹਦੇ 'ਚ ਕਿਹੜੇ ਰੀਜ਼ਨਸ ਡ੍ਰੌਪ ਹੋਏ ਆ। ਸੋ ਬਹੁਤ ਇੰਪੋਰਟੈਂਟ ਫੈਕਟਰ ਹੁੰਦੇ ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਆ, ਠੀਕ ਹੈ। ਸੋ ਨਾਊਡੇਜ਼ ਬਹੁਤ ਸਾਰੇ ਟ੍ਰੇਡਰ ਜਿਹੜੇ ਆ ਦੇ ਰਿਲਾਈ ਔਨ ਟੈਕਨੀਕਲ। ਸੋ ਦੇਰ ਆਰ ਸੋ ਮੈਨੀ ਟੂਲਸ ਐਸ ਵੈਲ ਜਿਹੜੇ ਸਾਨੂੰ ਬਣੇ ਬਣਾਏ ਟੈਕਨੀਕਲਸ ਕਰਕੇ ਦਿੰਦੇ ਆ, ਯੂ ਕੈਨ ਡੂ ਮੈਨੂਅਲੀ ਐਸ ਵੈਲ। ਬਹੁਤ ਸਾਰੇ ਰੀਜ਼ਨਸ ਹੁੰਦੇ ਜਿਹਦੇ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਤੁਸੀਂ ਟੈਕਨੀਕਲ, ਅੱਜ ਕੱਲ੍ਹ ਬਹੁਤ ਹੈਲਪ ਮਿਲ ਜਾਂਦੀ ਸਾਨੂੰ। ਮੇਨ ਐਡਵਾਂਟੇਜ ਆਫ ਟੈਕਨੀਕਲ ਅਨਾਲਿਸਿਸ ਓਵਰ ਫੰਡਾਮੈਂਟਲ ਇਜ਼ ਦੈਟ ਇਟ ਯੂਜ਼ਡ ਫਾਰ ਡਿਵਰਸ ਮਾਰਕੀਟ ਸੈਕਟਰ ਐਂਡ ਕਰੰਸੀਜ਼ ਸਿਮਲਟੇਨੀਅਸਲੀ। ਜਿਹੜੇ ਟੈਕਨੀਕਲ ਆ ਇਹ ਤੁਸੀਂ ਚਾਹੇ ਕ੍ਰਿਪਟੋ 'ਚ ਯੂਜ਼ ਕਰ ਲਓ, ਚਾਹੇ ਫੰਡਾ ਸਟਾਕ ਮਾਰਕੀਟ ਯੂਜ਼ ਕਰ ਲਓ, ਚਾਹੇ ਫੋਰੈਕਸ ਮਾਰਕੀਟ ਯੂਜ਼ ਕਰ ਲਓ, ਦੇ ਵਰਕ ਸੇਮ। ਇਹ ਸਾਰੀਆਂ ਮਾਰਕੀਟ ਦੇ ਵਿੱਚ ਸੇਮ ਕੰਮ ਕਰਦੇ ਆ, ਸੇਮ ਕੈਂਡਲ, ਸੇਮ ਪੈਟਰਨਸ, ਸੇਮ ਪ੍ਰਾਈਸ ਐਕਸ਼ਨਸ। ਸੋ ਤੁਹਾਨੂੰ ਇਹ ਚੀਜ਼ਾਂ ਬਹੁਤ ਹੈਲਪ ਕਰਦੀਆਂ ਨੋਇੰਗ ਕਿ ਲਰਨਿੰਗ ਟੂ ਹਾਊ ਟੂ ਡੂ ਟੂ ਬੀ ਅ ਗੁੱਡ ਟੈਕਨੀਕਲ ਅਨਾਲਿਸਿਸ ਵਿਲ ਹੈਲਪ ਯੂ ਇਨ ਆਲ ਦਾ ਫੈਕਟਰ। ਸੋ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਬਣ ਜਾਂਦੇ ਆ ਟੈਕਨੀਕਲ ਕੰਪੇਅਰਿੰਗ ਟੂ ਫੰਡਾਮੈਂਟਲਸ। ਨੋਵਿਸ ਜਿਹੜੇ ਨਵੇਂ ਟ੍ਰੇਡਰ ਆਉਂਦੇ ਆ ਉਹ ਥੋੜ੍ਹਾ ਜਿਹਾ ਅੱਕ ਜਾਂਦੇ ਦੇਖ ਕੇ, ਇਹਦਾ ਬਹੁਤ ਕੰਪਲੈਕਸ ਆ, ਮਤਲਬ ਯੂ ਨੋ ਇਟਸ ਨੋਟ ਈਜ਼ੀ ਟੂ ਅੰਡਰਸਟੈਂਡ, ਪਰ ਇਹ ਐਕਚੁਅਲੀ ਇੰਨੇ ਕੰਪਲੀਕੇਟਡ ਹੈ ਨਹੀਂ, ਕਿਉਂਕਿ ਕਈ ਵਾਰ ਇਹ ਡਿਪੈਂਡ ਕਰਦਾ ਸਾਨੂੰ ਟੀਚ ਕੌਣ ਕਰ ਰਿਹਾ, ਇਹ ਡਿਪੈਂਡ ਕਰਦਾ ਤੁਸੀਂ ਕਿੱਥੋਂ ਲਰਨ ਕਰ ਰਹੇ ਆ।
ਸੋ ਜਦੋਂ ਤੁਸੀਂ ਲਰਨ ਕਰਦੇ ਆ ਇਹ ਚੀਜ਼ਾਂ, ਤੁਹਾਨੂੰ ਇਹ ਦੇਖਣੀਆਂ ਪੈਣੀਆਂ ਕਿ ਉਹ ਬੰਦਾ ਕਿੰਨਾ ਕੰਪਲੀਕੇਸ਼ਨ ਤਰੀਕੇ ਦੇ, ਕੰਪਲੀਕੇਟਡ ਤਰੀਕੇ ਦੇ ਨਾਲ ਤੁਹਾਨੂੰ ਸਿਖਾ ਰਿਹਾ, ਕਿੰਨੇ ਕੁ ਇੰਡੀਕੇਟਰ ਯੂਜ਼ ਕਰ ਰਿਹਾ, ਆਹ ਇੰਡੀਕੇਟਰ ਯੂਜ਼ ਕਰ ਲਓ, ਉਹ ਕਰ ਲਓ, ਨੋ, ਯੂ ਨੀਡ ਟੂ ਕੀਪ ਇਟ ਸਿੰਪਲ। ਜਿੰਨਾ ਸਿੰਪਲ ਰੱਖੋਗੇ ਆਪਣੀ ਟ੍ਰੇਡਿੰਗ ਨੂੰ, ਓਨਾ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਨੂੰ ਟੈਕਨੀਕਲ ਅਨਾਲਿਸਿਸ ਦੇ ਵਿੱਚ ਗਰੋ ਸਕਦੇ। ਪਰ ਅਗੇਨ ਇਟਸ ਨੋ 100%, ਨਥਿੰਗ ਇਜ਼ 100%, ਕੋਈ ਵੀ ਚੀਜ਼ ਮਾਰਕੀਟ ਦੇ ਵਿੱਚ 100% ਨਹੀਂ ਹੁੰਦੀ, ਇਹ ਚੀਜ਼ ਹਮੇਸ਼ਾ ਯਾਦ ਰੱਖਿਓ। ਮੋਸਟਲੀ ਸਾਰੇ ਜਿਹੜੇ ਫੋਰੈਕਸ ਬ੍ਰੋਕਰ ਹੁੰਦੇ ਆ ਦੇ ਪ੍ਰੋਵਾਈਡ ਯੂ ਚਾਰਟਸ, ਜਿੰਨੇ ਵੀ ਆਪਾਂ ਪਲੇਟਫਾਰਮ ਯੂਜ਼ ਕਰਦੇ ਆ ਉਹ ਚਾਰਟਸ ਸਾਰੇ ਫ੍ਰੀ ਹੁੰਦੇ ਆ। ਦੇਰ ਆਰ ਚਾਰਟਿੰਗ ਸੌਫਟਵੇਅਰਸ, ਟ੍ਰੇਡਿੰਗ ਵਿਊ ਜਾਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਸਾਨੂੰ ਚਾਰਟਸ ਪ੍ਰੋਵਾਈਡ ਕਰਦੀਆਂ, ਇਹ ਰੀਅਲ ਟਾਈਮ ਅਪਡੇਟ ਹੁੰਦੇ ਆ ਚਾਰਟਸ। ਸੋ ਜਿਹਨਾਂ ਨੂੰ ਨਹੀਂ ਪਤਾ, ਚਾਰਟਸ ਜਿਹੜੇ ਆ ਕਰੰਟ ਪ੍ਰਾਈਸ ਜਿਹੜੀ ਹੁੰਦੀ ਆ ਉਸ ਹਿਸਾਬ ਨਾਲ ਅਪਡੇਟ ਹੁੰਦੇ ਆ, ਐਂਡ ਦੈਨ ਹਿਸਟੋਰੀਕਲ ਡੇਟਾ ਜਿਹੜਾ ਉਹਨਾਂ ਦਾ ਆਟੋਮੈਟਿਕਲੀ ਸਟੋਰਡ ਹੁੰਦਾ ਆ। ਇਟ ਡਜ਼ਨਟ ਮੈਟਰ ਤੁਸੀਂ ਚਾਹੇ ਟ੍ਰੇਡਿੰਗ ਵਿਊ ਤੇ ਦੇਖ ਰਹੇ ਆ ਚਾਰਟ, ਤੁਸੀਂ ਚਾਹੇ ਮੈਟਾ ਟ੍ਰੇਡ ਵਿੱਚ ਦੇਖ ਰਹੇ ਹਾਂ ਜਾਂ ਕਿਸੇ ਹੋਰ ਆਨਲਾਈਨ ਪਲੇਟਫਾਰਮ ਤੇ ਦੇਖ ਰਹੇ ਹਾਂ, ਚਾਰਟਸ ਦੀ ਜਿਹੜੀ ਹਿਸਟੋਰੀਕਲ ਪ੍ਰਾਈਸ ਹੈ ਇਟ ਵਿਲ ਬੀ ਸੇਮ, ਬਿਕੋਜ਼ ਉਹ ਜੋ ਡੇਟਾ ਹੈਗਾ ਉਹ ਹੈਗਾ ਆ, ਇਟ ਐਗਜ਼ਿਸਟਡ ਇਨ ਆਲ ਪਲੇਟਫਾਰਮਸ ਸੇਮ ਵੇ। ਇਟ ਕੁਡ ਬੀ ਡਿਫਰੈਂਟ ਵੇ ਆਫ ਲੁਕਿੰਗ ਐਟ ਚਾਰਟ ਕਿ ਟ੍ਰੇਡਿੰਗ ਵਿਊ ਤੇ ਪ੍ਰਾਈਸ ਡਿਫਰੈਂਟ ਹੈ, ਡਿਪੈਂਡ ਔਨ ਦਾ ਬ੍ਰੋਕਰਸ ਕੰਟਰੈਕਟ। ਮੈਟਾ ਟ੍ਰੇਡਰ ਦੇ ਪ੍ਰਾਈਸ ਡਿਫਰੈਂਟ ਹੈ, ਡਿਪੈਂਡ ਔਨ ਯੋਰ ਬ੍ਰੋਕਰਸ ਕੰਟਰੈਕਟ। ਸੋ ਇਹ ਇਦਾਂ ਪ੍ਰਾਈਸ ਐਕਸ਼ਨ ਕਈ ਵਾਰ ਡਿਫਰੈਂਟ ਹੁੰਦੇ ਆ, ਪਰ ਦੇ ਹੀ ਡਿਪੈਂਡ ਔਨ ਦਾ ਕੰਟਰੈਕਟ। ਸੋ ਉਹ ਤੁਹਾਨੂੰ ਯਾਦ ਰੱਖਣਾ ਪੈਣਾ ਕਿ ਹਮੇਸ਼ਾ ਕੰਟਰੈਕਟ ਜਿਹੜਾ ਆ ਸਹੀ ਸਿਲੈਕਟ ਕੀਤਾ ਹੋਣਾ ਚਾਹੀਦਾ ਤਾਂ ਕਿ ਯੂ ਕੈਨ ਸੀ ਦਾ ਰੀਅਲ ਪ੍ਰਾਈਸ ਇਨ ਟ੍ਰੇਡਿੰਗ ਵਿਊ ਕੰਪੇਅਰਿੰਗ ਟੂ ਯੋਰ ਬ੍ਰੋਕਰ। ਸੋ ਡੈਮੋ ਪ੍ਰੈਕਟਿਸ ਜਦੋਂ ਆਪਾਂ ਕਰਦੇ ਹਾਂ ਇਹਨਾਂ ਦਾ ਮੇਨ ਪਰਪਸ ਇਹੀ ਹੁੰਦਾ ਹੈ ਡੈਮੋ ਦਾ। ਡੈਮੋ ਦੇ ਵਿੱਚ ਤੁਸੀਂ ਟੈਕਨੀਕਲਸ ਨੂੰ ਬਹੁਤ ਸਹੀ ਤਰੀਕੇ ਨਾਲ ਅਜਮਾ ਸਕਦੇ ਹਾਂ। ਜਦੋਂ ਤੁਸੀਂ ਲਰਨ ਕਰੋਗੇ ਅੱਜ ਆਹ ਚੀਜ਼ਾਂ, ਫਿਰ ਇਹਨੂੰ ਡੈਮੋ ਦੇ ਵਿੱਚ ਜਾਇਓ ਆਪਣੇ ਅਕਾਊਂਟਸ ਦੇ ਵਿੱਚ, ਡੈਮੋ ਦੇ ਵਿੱਚ ਜਾ ਕੇ ਤੁਸੀਂ ਇਹ ਚੀਜ਼ਾਂ ਇੰਪਲੀਮੈਂਟ ਕਰ ਸਕਦੇ ਹੋ ਕਿ ਹਾਂ ਭਾਜੀ ਨੇ ਕਿਹਾ ਸੀ ਆਹ ਕੈਂਡਲਾਂ ਦੇਖਣੀਆਂ, ਆਹ ਕੈਂਡਲਾਂ ਦੇਖਣੀਆਂ, ਇਹ ਮੈਂ ਦੇਖੀਆਂ, ਮੈਂ ਟ੍ਰੇਡ ਲਿਆ, ਦੈਨ ਯੂ ਸੀ, ਰਾਈਟ ਇਟ ਡਾਊਨ, ਆਪਣਾ ਟ੍ਰੇਡਿੰਗ ਜਰਨਲ ਬਣਾਇਓ, ਰਾਈਟ ਇਟ ਡਾਊਨ ਕਿ ਹਾਂ ਮੈਂ ਆਹ ਕੈਂਡਲਾਂ ਦੇਖ ਕੇ ਟ੍ਰੇਡਿੰਗ ਲਿਆ ਸੀ, ਕਿਹੜੀ ਕੈਂਡਲ ਤੇ ਟ੍ਰੇਡ ਲਿਆ ਸੀ, ਕਿੰਨੀ ਕਨਫਰਮੇਸ਼ਨ ਦੇਖੀ ਸੀ, ਐਂਡ ਦੈਨ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਸੋ ਬਹੁਤ ਕੁਝ ਹੁੰਦਾ ਹੈ, ਫੈਮਿਲੀਅਰਾਈਜ਼ ਕਰਨਾ ਆਪਣੇ ਆਪ ਨੂੰ ਚਾਰਟਸ ਦੇ ਨਾਲ ਬਹੁਤ ਵਧੀਆ ਚੀਜ਼ ਹੈ ਇਹ। ਸੋਰੀ, ਸੋ ਚਾਰਟਸ ਪ੍ਰੋਵਾਈਡ ਡਿਟੇਲ ਅਬਾਊਟ ਫੋਰੈਕਸ ਫਲਕਚੁਏਸ਼ਨਸ ਡਿਊਰਿੰਗ ਸਪੈਸਿਫਿਕ ਪੀਰੀਅਡ ਆਫ ਟਾਈਮ, ਕਿੱਦਾਂ ਉਹ ਕਰੰਸੀ ਜਿਹੜੀਆਂ ਮੂਵ ਹੁੰਦੀਆਂ ਆ, ਫਲਕਚੁਏਟ ਹੁੰਦੀਆਂ ਆ ਇੱਕ ਸਪੈਸਿਫਿਕ ਪੀਰੀਅਡ ਦੇ ਵਿੱਚ। ਇਹ ਚਾਰਟ ਨੂੰ ਤੁਸੀਂ ਡਿਫਰੈਂਟ ਡਿਫਰੈਂਟ ਟਾਈਮ ਫਰੇਮ ਦੇ ਵਿੱਚ ਦੇਖ ਸਕਦੇ ਆ। ਲਾਸਟ 5 ਮਿੰਟ ਚ ਕੀ ਹੋਇਆ ਸੀ ਉਹ ਪੂਰੀ ਕੈਂਡਲ ਤੁਹਾਨੂੰ ਰੀਪ੍ਰੈਜ਼ੈਂਟ ਕਰੇਗੀ, ਲਾਸਟ 1 ਘੰਟੇ ਚ, ਲਾਸਟ ਅੱਧੇ ਘੰਟੇ ਚ, 4 ਘੰਟੇ ਚ, ਪੂਰੇ ਦਿਨ ਚ, ਇੱਕ ਵੀਕ ਦੇ ਵਿੱਚ ਕਿੰਨੀ ਪ੍ਰਾਈਸ ਮੂਵਮੈਂਟ ਹੋਈ ਆ, ਇਟ ਕੈਨ ਸ਼ੋ ਯੂ ਜਸਟ ਇਨ 1 ਕੈਂਡਲ। ਸੋ ਤੁਸੀਂ ਉਹ ਸਾਰੇ ਟਾਈਮ ਸਕੇਲ ਚੇਂਜ ਕਰ ਸਕਦੇ ਹੋ। ਪ੍ਰਾਈਜ਼ਸ ਕੈਨ ਬੀ ਚਾਰਟਡ, ਪ੍ਰਾਈਜ਼ਸ ਕੈਨ ਬੀ ਚਾਰਟਡ ਔਨ ਸਿੰਪਲ ਲਾਈਨ ਗ੍ਰਾਫਸ। ਸੋ ਇਹਦੇ ਚ ਡਿਫਰੈਂਟ ਡਿਫਰੈਂਟ ਗ੍ਰਾਫਸ ਹੁੰਦੇ ਆ, ਲਾਈਨ ਗ੍ਰਾਫ ਵੀ ਹੁੰਦੇ ਜਿਹੜੇ ਸਾਨੂੰ ਦੱਸਦੇ ਆ ਕਿ ਡਾਇਰੈਕਸ਼ਨ ਦੇਖ ਸਕਦੇ ਆ ਇਹ ਪ੍ਰਾਈਜ਼ ਉੱਪਰ ਨੂੰ ਜਾ ਰਹੀ ਹੈ ਜਾਂ ਕਿੰਨਾ ਚਿਰ ਹੋ ਗਿਆ ਇਹਨੂੰ ਉੱਪਰ ਨੂੰ ਜਾਂਦੇ ਨੂੰ, ਯੂਨੋ ਬਾਰ ਚਾਰਟਸ ਆ ਜਾਂ ਕੈਂਡਲ ਸਟਿਕ ਚਾਰਟਸ ਆ ਜਿਹੜੇ ਆਪਾਂ ਦੇਖ ਸਕਦੇ ਹਾਂ। ਸੋ ਮੋਸਟ ਸਾਰਿਆਂ ਜ਼ਿਆਦਾ ਜਿਹੜਾ ਮੋਸਟ ਚਾਰਟ ਜਿਹੜਾ ਆਪਾਂ ਯੂਜ਼ ਕਰਦੇ ਹਾਂ ਕੈਂਡਲ ਸਟਿਕ ਆ, ਬਿਕੋਜ਼ ਇਸ ਕੋਲ ਲੋਟ ਆਫ ਡੇਟਾ ਹੁੰਦਾ ਹੈ। ਕੈਂਡਲ ਸਟਿਕ ਚਾਰਟ ਦੇ ਵਿੱਚ ਬਹੁਤ ਸਾਰਾ ਡੇਟਾ ਹੁੰਦਾ ਹੈ। 1 ਮਿੰਟ ਜਸਟ ਕਾ ਇਸ ਲਵ ਜਸਟ ਚੈੱਕ ਇਟ ਆਊਟ। Sorry, it's gone cold. ਸੋ ਆਪਾਂ ਗੱਲ ਕਰਾਂਗੇ ਕੈਂਡਲ ਸਟਿਕਸ ਬਾਰੇ ਤੇ ਕਿੱਦਾਂ ਇਹਨਾਂ ਨੂੰ ਯੂਜ਼ ਕਰਨਾ ਹੈ ਕੈਂਡਲ ਸਟਿਕਸ ਨੂੰ। ਸੋ ਠੀਕ ਹੈ, ਦਿਸ ਇਜ਼ ਹਾਊ ਦ ਕੈਂਡਲ ਸਟਿਕਸ ਲੁੱਕ ਲਾਈਕ। ਬਹੁਤ ਇੰਪੋਰਟੈਂਟ ਆ,
ਪਤਾ ਹੋਣਾ ਚਾਹੀਦਾ ਕਿ ਮਤਲਬ ਕੀ ਆ ਇਸ ਲਾਈਨ ਦਾ, ਵਿਕ ਦਾ ਕਿਉਂ ਬਣਦੀ ਆ, ਆ ਬੋਡੀ ਰੀਅਲ ਬੋਡੀ ਇਹਦਾ ਕੀ ਮਤਲਬ ਆ, ਠੀਕ ਹੈ। ਸੋ ਸਾਰਿਆਂ ਨੇ ਇੰਪੋਰਟੈਂਟ, ਜਦੋਂ ਆਪਾਂ ਕੈਂਡਲਸਟਿਕ ਦੇਖਦੇ ਹਾਂ, ਸੋ ਹਰੇਕ ਕੈਂਡਲਸਟਿਕ ਜਿਹੜੀ ਆ ਇਸ ਸਿਚੁਏਸ਼ਨ ਦੇ ਵਿੱਚ ਹੁੰਦੀ ਆ, ਆਈਦਰ ਦੇਰ ਇਜ਼ ਅ ਵਿਕ ਔਨ ਦ ਟੌਪ ਦ ਬੌਟਮ, ਜਾਂ ਹੈ ਨਹੀਂ ਕੀ, ਜਾਂ ਉਹ ਪੂਰ ਕੰਪਲੀਟਲੀ ਵਿਕ ਹੈ ਨਹੀਂ ਕੀ, ਪਰ ਕੁਛ ਨਾ ਕੁਛ ਹੋਣਾ ਆ, ਉੱਪਰ ਥੱਲੇ ਬੋਡੀ ਦੇ ਵਿਕ ਲੱਗੇ ਬਣੀ ਆ, ਫੁੱਲ ਬੋਡੀ ਬਣੀ ਹੋਈ ਆ, ਠੀਕ ਆ। ਦੇ ਆਰ ਡਿਫਰੈਂਟ, ਸਾਰੇ ਡਿਫਰੈਂਟ ਪਿਕਚਰਸ ਬਣੀਆਂ ਹੁੰਦੀਆਂ, ਡਿਫਰੈਂਟ ਸ਼ੇਪਸ ਹੁੰਦੀਆਂ ਆ, ਕੀ ਮਤਲਬ ਹੈ ਇਹਦਾ, ਐਕਚੁਅਲ ਕੀ ਮਤਲਬ ਆ। ਸੋ ਜਦੋਂ ਆਪਾਂ ਵਿਕ ਦੇਖਦੇ ਹਾਂ, ਠੀਕ ਹੈ, ਇੱਥੋਂ ਵਿਕ ਇਹਦਾ ਮਤਲਬ ਇਹ ਹੈ ਕਿ ਇਹ ਜਦੋਂ, ਜਿੱਦਾਂ ਹੁਣ ਮੰਨ ਲਓ 1 ਘੰਟੇ ਦੇ ਚਾਰ ਦੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ, 1 ਘੰਟੇ ਦੇ ਚਾਰ ਦੇ ਵਿੱਚ ਜਦੋਂ ਘੰਟਾ ਸ਼ੁਰੂ ਹੋਇਆ, ਜਿਹੜੀ ਪ੍ਰਾਈਸ ਸੀ ਇੱਥੇ ਸੀ ਅਪਰ, ਜਿੱਥੇ ਉੱਪਰ ਟੌਪ, ਸੌਰੀ, ਸੋ ਇਹਦੀ ਇਸ, ਸੌਰੀ, ਆ ਟੇਕ ਆ ਟਾਕ ਅਬਾਊਟ ਦਿਸ ਕੈਂਡਲ ਐਗਜ਼ਾਮਪਲ, ਮੈਂ ਆਪਣੀ ਸਟਾਰਟ ਕਰ ਲਈ ਸੀ। ਸੋ ਇਸ ਕੈਂਡਲ ਦੇ ਹਿਸਾਬ ਨਾਲ ਜਦੋਂ ਇਹ ਕੈਂਡਲ ਓਪਨ ਹੋਈ, ਇਹਦੀ ਪ੍ਰਾਈਸ ਇਸ ਲੈਵਲ ਤੇ ਸੀ, ਠੀਕ ਹੈ, ਇੱਥੇ ਓਪਨ ਹੋਈ ਆ, ਐਸ ਵੀ ਸੈਡ ਓਪਨ। ਫਿਰ ਪ੍ਰਾਈਸ ਜਿਹੜੀ ਆ ਲੋ ਗਈ, ਠੀਕ ਹੈ, ਇੰਨੀ ਲੋ ਗਈ, ਪਰ ਦੈਨ ਇਟ ਰਿਵਰਸ ਬੈਕ, ਵਾਪਸ ਇੱਥੇ ਆ ਕੇ ਉੱਪਰ ਨੂੰ ਗਈ, ਦੈਨ ਇਟ ਕੈਰੀ ਔਨ ਗੋਇੰਗ ਅਪ। ਉਸ 1 ਘੰਟੇ ਦੇ ਵਿੱਚ ਕੀ ਕੀ ਹੋਇਆ ਇਸ ਕੈਂਡਲ ਦੇ ਵਿੱਚ, ਜਦੋਂ ਪ੍ਰਾਈਸ ਉੱਪਰ ਨੂੰ ਗਈ, ਦੈਨ ਜਦੋਂ ਘੰਟਾ ਖਤਮ ਹੋਣ ਵਾਲਾ ਸੀ, ਪ੍ਰਾਈਸ ਕੇਮ ਬੈਕ ਡਾਊਨ, ਤੇ ਇੱਥੇ ਆ ਕੇ ਬੰਦ ਹੋ ਗਈ ਪ੍ਰਾਈਸ, ਮਤਲਬ ਇਹ ਜਿਹੜੀ ਕੈਂਡਲਸ ਦਾ 1 ਘੰਟਾ ਪੂਰਾ ਹੋ ਗਿਆ। ਸੋ ਰਿਪੀਟ ਅਗੇਨ, ਜਦੋਂ ਘੰਟਾ ਸ਼ੁਰੂ ਹੋਇਆ, ਕੈਂਡਲ ਦੀ ਪ੍ਰਾਈਸ ਇੱਥੇ ਸੀ, ਫੇਰ ਕੈਂਡ ਪ੍ਰਾਈਸ ਡਾਊਨ ਗਈ, ਗੋਨ ਬੈਕ ਅਪ, ਪਰ ਜਦੋਂ ਘੰਟਾ ਫਿਨਿਸ਼ ਹੋਣ ਵਾਲਾ ਸੀ, ਪ੍ਰਾਈਸ ਜਿਹੜੀ ਆ ਇੱਥੇ ਫਿਨਿਸ਼ ਹੋਈ। ਸੋ ਪ੍ਰਾਈਸ ਜਦੋਂ ਘੰਟਾ ਸ਼ੁਰੂ ਹੋਇਆ, ਜਿੱਥੇ ਪ੍ਰਾਈਸ ਐਂਟਰ ਹੋਈ, ਤੇ ਜਿੱਥੇ ਪ੍ਰਾਈਸ ਫਿਨਿਸ਼ ਹੋਈ ਉਸ ਘੰਟੇ ਦੀ, ਇਟ ਬਿਕਮਸ ਅ ਬੋਡੀ। ਤੇ ਜਿਹੜਾ ਉਸ ਟਾਈਮ ਦੇ ਵਿੱਚ 1 ਘੰਟੇ ਦੇ ਵਿੱਚ ਹਾਈਐਸਟ ਪੁਆਇੰਟ ਸੀ ਤੇ ਲੋਐਸਟ ਪੁਆਇੰਟ ਸੀ, ਦੈਟ ਬਿਕਮਸ ਅ ਵਿਕ, ਪੂੰਛ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਪੂੰਛ ਬਣ ਗਈ, ਵਿਕ ਬਣ ਗਈ, ਠੀਕ ਹੈ। ਸੋ ਵੀ ਆਲਵੇਸ ਸੇ ਵਿਕਸ ਜਿਹੜੀਆਂ ਪੂੰਛਾਂ ਹੁੰਦੀਆਂ ਆ, ਐਂਡ ਦੈਨ ਦਰ ਬੋਡੀ। ਹੁਣ ਦੂਜੇ ਘੰਟੇ ਦੇ ਵਿੱਚ ਕੀ ਆ, ਦੂਜੇ ਘੰਟੇ ਦੇ ਵਿੱਚ ਜਦੋਂ ਇੱਥੇ ਕੈਂਡਲ ਫਿਨਿਸ਼ ਹੋਈ, ਇਹ ਕੈਂਡਲ ਹੁਣ ਦੂਜੇ ਘੰਟੇ ਚ ਐਂਟਰ ਹੋ ਗਈ, ਤੇ ਇੱਥੇ ਦੂਜੇ ਘੰਟੇ ਦੇ ਵਿੱਚ ਇੱਥੇ ਓਪਨ ਹੋ ਗਈ। ਸੋ ਕਿਉਂਕਿ ਪ੍ਰਾਈਸ ਪਹਿਲਾਂ ਓਪਨ ਜਾ ਰਹੀ ਸੀ, ਇਹਨੇ ਫੇਰ ਟਰਾਈ ਕੀਤੀ ਓਪਨ ਜਾਣ ਦੀ, ਠੀਕ ਹੈ, ਪਰ ਉਸ ਘੰਟੇ ਦੇ ਵਿੱਚ ਪ੍ਰਾਈਸ ਥੱਲੇ ਡੱਪ ਪਈ, ਫੇਰ ਦੈਨ ਇਟ ਕੈਰੀ ਔਨ ਕਮਿੰਗ ਡਾਊਨ, ਇਟ ਕੇਮ ਟੂ ਦਿਸ ਲੈਵਲ। ਸੋ ਜਦੋਂ ਦੂਜਾ ਘੰਟਾ ਖਤਮ ਹੋਣ ਵਾਲਾ ਸੀਗਾ, ਪ੍ਰਾਈਸ ਫੇਰ ਥੋੜੀ ਵਧੀ, ਇੱਥੇ ਆ ਕੇ ਖਤਮ ਹੋ ਗਈ, ਮਤਲਬ ਇਟ ਮੂਵ ਟੂ ਦ ਨੈਕਸਟ ਕੈਂਡਲ। ਸੋ ਓਪਨ ਬੋਡੀ ਬਣ ਗਈ, ਓਪਨ ਇੱਥੇ ਹੋਈ ਪ੍ਰਾਈਸ ਘੰਟੇ ਦੇ ਪਹਿਲੇ ਸੈਕਿੰਡ ਦੇ ਵਿੱਚ, ਤੇ ਘੰਟੇ ਦੇ ਲਾਸਟ ਸੈਕਿੰਡ ਦੇ ਵਿੱਚ ਪ੍ਰਾਈਸ ਇੱਥੇ ਬੰਦ ਹੋਈ। ਤੇ ਉਸ ਘੰਟੇ ਦੇ ਵਿੱਚ ਵਿੱਚ ਪ੍ਰਾਈਸ ਸਾਰਿਆਂ ਨਾਲ ਲੋਅਰ ਇੰਨੀ ਗਈ ਸੀਗੀ, ਤੇ ਸਾਰਿਆਂ ਨਾਲ ਹਾਇਰ ਇੰਨੀ ਗਈ ਸੀ। ਸੋ ਜਿਹੜੀ ਬੋਡੀ ਆ ਉਹ ਓਪਨ ਤੇ ਕਲੋਜ਼ ਦੇ ਵਿੱਚ ਰਹਿ ਗਈ, ਤੇ ਜਿਹੜੀ ਵਿਕ ਆ ਉਹ ਹਾਈਐਸਟ ਤੇ ਲੋਐਸਟ ਦੇ ਵਿੱਚ ਰਹਿ ਗਈ। ਸੋ ਇਹ ਬਹੁਤ ਇੰਪੋਰਟੈਂਟ ਹੈ ਅੰਡਰਸਟੈਂਡ ਕਰਨਾ ਕਿ ਕਿੱਦਾਂ ਕੈਂਡਲ ਨੂੰ ਇਹਨੂੰ ਰੀਡ ਕਰਨਾ ਹੈ। ਸੋ ਇਹਨਾਂ ਨੂੰ ਕੀ ਕਰਨ ਦੇ ਯੂਜ਼ ਕਰ ਸਕਦੇ ਹਾਂ, ਆਪਾਂ ਕਿਸੇ ਵੀ ਟਾਈਮ ਫਰੇਮ ਦੇ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ, 1 ਦਿਨ, 1 ਘੰਟਾ, 30 ਮਿੰਟ, 5 ਮਿੰਟ, 1 ਮਿੰਟ, 15 ਮਿੰਟ। ਇਹ ਸਿਰਫ ਸਾਨੂੰ ਪ੍ਰਾਈਜ਼ ਐਕਸ਼ਨ ਡਿਸਕ੍ਰਾਈਬ ਕਰਦੀਆਂ ਕਿ ਉਸ ਟਾਈਮ ਫਰੇਮ ਦੇ ਵਿੱਚ ਕੀ ਪ੍ਰਾਈਜ਼ ਐਕਸ਼ਨ ਹੋਇਆ, ਮਤਲਬ 1 ਘੰਟੇ ਦੇ ਵਿੱਚ ਕਿੰਨੀ ਪ੍ਰਾਈਸ ਚੇਂਜ ਹੋਈ ਆ। ਸੋ ਦੈਟਸ ਵਾਟ ਦਾ ਮੀਨਿੰਗ ਆਫ ਕੈਂਡਲ ਇਜ਼। ਇਹ ਕੈਂਡਲ ਦਾ ਮਤਲਬ ਇਹ ਆ ਕਿ 1 ਘੰਟੇ ਦੇ ਵਿੱਚ ਕੀ ਚੇਂਜਸ ਆਏ ਉਸ ਪ੍ਰਾਈਸ ਦੇ ਵਿੱਚ, ਠੀਕ ਹੈ। ਸੋ ਦੇ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਕੈਂਡਲਸਟਿਕ ਪੈਟਰਨਸ ਆ, ਪਰ ਜਿਹੜੇ 8 ਮੇਨ ਆ, ਨਾਟ ਇਵਨ 6, ਦੇਰ ਆਰ 8 ਮੇਨ ਕੈਂਡਲਸਟਿਕਸ। ਮੈਂ ਸੌਰੀ, ਆਈ ਐਡਡ ਲਾਸਟ 2 ਯੈਸਟਰਡੇ ਈਵਨਿੰਗ,
ਸੋ ਮੈਂ ਐਡ ਕਰਨਾ ਜਿੱਥੇ ਭੁੱਲ ਗਿਆ, ਬਟ ਦੇਰ ਇਜ਼ 8 ਆਫ ਦੈਮ ਆਮ ਗੋਇੰ ਟੂ ਸ਼ੋ ਯੂ ਟੁਡੇ। ਮੈਂ ਅੱਜ ਤੁਹਾਨੂੰ ਦਿਖਾਉਣੇ ਆ ਡੋਜੀ ਕੈਂਡਲਸ, ਨੀਅਰ ਡੋਜੀ ਗਰੁੱਪ, ਇੰਗਲਫਿੰਗ ਕੈਂਡਲਸ, ਈਵਨਿੰਗ ਸਟਾਰਸ, ਹਰਾਮੀ ਕੈਂਡਲਸ, ਟਵੀਜ਼ਰ ਕੈਂਡਲਸ, ਇਨਸਾਈਡ ਕੈਂਡਲਸ, ਆਊਟਸਾਈਡ ਕੈਂਡਲਸ। ਠੀਕ ਹੈ, ਸੋ ਪਹਿਲਾਂ ਆਪਾਂ ਡੋਜੀ ਗਰੁੱਪ, ਜਿਹੜਾ ਸਾਰਿਆਂ ਨਾਲ ਇੰਪੋਰਟੈਂਟ ਪਾਰਟ ਆ, ਜਿਹੜਾ ਸਾਰਿਆਂ ਨਾਲ ਇੰਪੋਰਟੈਂਟ ਗਰੁੱਪ ਆਫ ਕੈਂਡਲਸ ਆ, ਉਹ ਹੈਗਾ ਡੋਜੀ। ਡੋਜੀ ਯੂ ਵਿਲ ਕਮ ਅਕ੍ਰੋਸ ਲੋਡਸ ਆਫ ਦੈਮ। ਡੋਜੀ ਕੈਂਡਲਸ ਵਿਦਆਊਟ ਅ ਬੋਡੀ, ਜਸਟ ਅ ਟੇਲ, ਇਹਦੇ 'ਚ ਕੋਈ ਬੋਡੀ ਨਹੀਂ ਹੁੰਦੀ। ਮਤਲਬ ਜਦੋਂ ਇਹਦਾ ਘੰਟਾ ਸ਼ੁਰੂ ਹੋਇਆ, ਇੱਥੇ ਪ੍ਰਾਈਸ ਸਟਾਰਟ ਹੋਈ, ਦੈਨ ਇਟਸ ਗੋਨ ਡਾਊਨ, ਦੈਨ ਇਟਸ ਗੋਨ ਅਪ, ਪਰ ਜਦੋਂ ਘੰਟਾ ਖਤਮ ਹੋਣ ਵਾਲਾ ਸੀ ਲਾਸਟ ਸੈਕਿੰਡ ਦੇ ਵਿੱਚ, ਇਟ ਕੇਮ ਬੈਕ ਟੂ ਦਾ ਸੇਮ ਪ੍ਰਾਈਸ ਵੇਅਰ ਇਟ ਸਟਾਰਟਡ ਐਂਡ ਮੂਵ ਔਨ ਟੂ ਦਾ ਨੈਕਸਟ ਵਨ। ਹੁਣ ਇੱਥੇ ਨੈਕਸਟ ਵਨ ਜਾ ਕੇ ਸਟਾਰਟਡ ਹੇਅਰ, ਪ੍ਰਾਈਸ ਇੱਥੇ ਸਟਾਰਟ ਹੋਈ, ਦੈਨ ਪ੍ਰਾਈਸ ਗੋਨ ਡਾਊਨ, ਪਰ ਜਦੋਂ ਘੰਟਾ ਖਤਮ ਹੋਣ ਵਾਲਾ ਸੀ ਪ੍ਰਾਈਸ ਕੇਮ ਬੈਕ ਅਪ, ਉੱਥੇ ਵਾਪਸ ਆ ਗਈ, ਇੱਥੇ ਖਤਮ ਹੋ ਗਈ, ਦੈਨ ਮੂਵ ਟੂ ਦਾ ਨੈਕਸਟ ਵਨ। ਠੀਕ ਹੈ, ਨੈਕਸਟ ਵਨ ਦੇ ਵਿੱਚ ਪ੍ਰਾਈਸ ਓਪਨ ਨੂੰ ਗਈ, ਪਰ ਪ੍ਰਾਈਸ ਘੰਟਾ ਖਤਮ ਹੋਣ ਤੋਂ ਪਹਿਲਾਂ ਵਾਪਸ ਫੇਰ ਉਸੇ ਲੈਵਲ ਤੇ ਆ ਗਈ, ਦੈਨ ਇਟ ਮੂਵਸ ਟੂ ਨੈਕਸਟ ਵਨ। ਸੋ ਇਸ ਲੈਵਲ ਦੇ ਉੱਤੇ ਆ ਗਈ, ਪ੍ਰਾਈਸ ਜਿੱਥੇ ਐਂਟਰ ਹੋਈ ਉਹ ਘੰਟਾ ਪ੍ਰਾਈਸ ਉੱਥੇ ਹੀ ਰਹੀ, ਦੇਰ ਵਾਸ ਨੋ ਮੂਵਮੈਂਟ ਐਟ ਆਲ ਬਿਕੋਜ਼ ਦੇਰ ਵਾਸ ਨੋ ਲਿਕੁਇਡਿਟੀ ਇਨ ਦਾ ਮਾਰਕੀਟ। ਔਰ ਕਈ ਵਾਰੀ ਹੌਲੀਡੇ ਹੁੰਦਾ ਹੈ ਜਾਂ ਮਾਰਕੀਟ ਦੇ ਵਿੱਚ ਐਕਟੀਵਿਟੀ ਘੱਟ ਹੁੰਦੀ ਆ, ਸੋ ਦੈਟ ਇਜ਼ ਵੈਨ ਦੀਸ ਕੈਂਡਲਸ ਵਰ ਮੇਡ। ਸੋ ਇਹ ਇੰਪੋਰਟੈਂਟ ਹੁੰਦਾ ਹੈ ਇਹਨਾਂ ਨੂੰ ਜਾਣਨਾ। ਹੈਮਰ ਤੇ ਹੈਂਗਿੰਗ ਮੈਨ, ਹੈਮਰ ਤੇ ਹੈਂਗਿੰਗ ਮੈਨ ਜਿਹੜੇ ਹੁੰਦੇ ਆ, ਸੋਰੀ ਪਹਿਲਾਂ ਤਾਂ ਮੈਂ ਤੁਹਾਨੂੰ ਆਹ ਸਮਝਾਉਂਦਾ। ਸੋ ਇਹਦੇ ਚ ਬੇਸਿਕਲੀ ਵਿਕਸ ਹੁੰਦੀਆਂ ਆ ਬਣੀਆਂ ਹੋਈਆਂ ਬਹੁਤ ਜ਼ਿਆਦਾ। ਠੀਕ ਹੈ, ਸੋ ਇਸ ਕਰਕੇ ਆਪਾਂ ਇਹਨਾਂ ਨੂੰ ਡਿਫਰੈਂਟ ਡਿਫਰੈਂਟ ਨੇਮ ਦਿੰਦੇ ਹਾਂ। ਲੌਂਗ ਲੈਗ ਡੋਜੀ, ਕਿਉਂਕਿ ਇਹਦੀਆਂ ਵਿਕ ਜਿਹੜੀਆਂ ਆ ਬਹੁਤ ਲੰਬੀਆਂ ਲੰਬੀਆਂ ਆ ਤਾਂ ਬੋਡੀ ਹੈ ਨਹੀਂ। ਡਰੈਗਨ ਫਲਾਈ, ਜਿਹਦੀ ਉੱਪਰ ਬੋਡੀ ਹੁੰਦੀ ਆ ਪਰ ਥੱਲੇ ਵਿਕ ਥੱਲੇ ਲੌਂਗ ਹੁੰਦੀ ਆ। ਗ੍ਰੇਵ ਸਟੋਨ, ਗ੍ਰੇਵ ਸਟੋਨ ਵਾਂਗੂ ਹੁੰਦੀ ਡੋਜੀ, ਜਿੱਥੇ ਇੱਕ ਲੰਬੀ ਲਾਈਨ ਹੁੰਦੀ ਆ ਪਰ ਐਂਡ ਦੇ ਅੱਗੇ ਜਿੱਥੇ ਪ੍ਰਾਈਸ ਫਿਨਿਸ਼ ਤੇ ਐਂਟਰ ਹੁੰਦੀ ਆ, ਐਂਟਰ ਤੇ ਫਿਨਿਸ਼ ਹੁੰਦੀ ਆ। ਫੋਰ ਪ੍ਰਾਈਸ ਡੋਜੀ, ਜਿੱਥੇ ਪ੍ਰਾਈਸ ਮੂਵਮੈਂਟ ਹੋਈ ਹੀ ਨਹੀਂ ਕੰਪਲੀਟਲੀ, ਉੱਥੇ ਰਹੀ ਜਿੱਥੇ ਐਂਟਰ ਹੋਈ ਸੀ ਪ੍ਰਾਈਸ। ਸੋ ਇਹਦੇ ਵਿੱਚ ਇੱਕ ਹੋਰ ਜਿਹੜਾ ਗਰੁੱਪ ਹੁੰਦਾ, ਪਹਿਲੇ ਚ ਬੋਡੀ ਹੈ ਨਹੀਂ ਸੀ, ਇਹਦੇ ਚ ਥੋੜੀ ਬੋਡੀ ਹੁੰਦੀ ਆ, ਹੈਮਰ ਇਹਨੂੰ ਸਾਦੇ ਆ ਥੋੜਾ। ਠੀਕ ਆ, ਹੈਂਗਿੰਗ ਮੈਨ, ਜਿੱਥੇ ਬੰਦਾ ਲਮਕਦਾ ਬੰਦਾ, ਮਤਲਬ ਉਹਨੂੰ ਬਣਾਇਆ ਤਾਂ ਆਪਾਂ ਹੈਂਗਮੈਨ ਗੇਮ ਖੇਲਦੇ ਹੁੰਦੇ ਸੀ, ਸੋ ਦਿਸ ਇਜ਼ ਵਾਟ ਐਗਜੈਕਟਲੀ ਰੀਪ੍ਰੈਜ਼ੈਂਟ ਦਾ। ਸੋ ਹੈਮਰ, ਹੈਂਗਿੰਗ ਮੈਨ, ਸੋ ਵੇਅਰ ਦਾ ਵਿਕ ਇਜ਼ ਲੌਂਗਰ ਦੈਨ ਦਾ ਬੋਡੀ, ਦੇ ਲੁੱਕ ਐਟ ਦ ਸੇਮ ਬਟ ਆਰ ਪੋਜੀਸ਼ਨ ਅਮੰਗ ਇਨ ਡਿਫਰੈਂਟ ਕੈਂਡਲਸ ਡਿਫਰੈਂਟਲੀ। ਠੀਕ ਹੈ, ਸੋ ਸੇਮ ਲੱਗਦੇ ਸੇਮ ਹੀ ਆ, ਇੱਕ ਬੇਰਿਸ਼ ਆ ਇੱਕ ਬੁਲਿਸ਼ ਆ, ਪਰ ਦੇ ਡਿਪੈਂਡ ਔਨ ਕਿ ਉਹ ਕਿਹੜੀਆਂ ਕੈਂਡਲਾਂ ਦੇ ਅਲੋਂਗ ਉਹਨਾਂ ਨੂੰ ਦੇਖ ਸਕਦੇ ਆ। ਸੋ ਜੇ ਬੇਰਿਸ਼ ਪੈਟਰਨ ਆ ਰਿਹਾ ਚਾਰਟ, ਪ੍ਰਾਈਸ ਥੱਲੇ ਨੂੰ ਜਾ ਰਹੀ ਹੈ ਕਾਂਸਟੈਂਟਲੀ, ਠੀਕ ਹੈ, ਜਦੋਂ ਚਾਰਟ ਕਾਂਸਟੈਂਟਲੀ ਬਣ ਰਿਹਾ ਆ, ਸੋ ਜਿੰਨੀ ਵੀ ਪ੍ਰਾਈਸ ਡਿਫਰੈਂਸ, ਪ੍ਰਾਈਸ ਐਕਸ਼ਨ ਹੁੰਦਾ ਆ, ਪ੍ਰਾਈਸ ਚੇਂਜ ਹੁੰਦੀ ਆ, ਉਹਨੇ ਡੋਜੀ ਉਹਨੇ ਕੈਂਡਲ ਫੋਰਮ ਕਰੀ ਜਾਣੀ ਹੈ। ਸੋ ਪ੍ਰਾਈਸ ਸਟਾਰਟ ਇੱਥੇ ਹੋਈ 1 ਘੰਟੇ 'ਚ, ਇੱਥੇ ਹੋਈ 1 ਘੰਟੇ 'ਚ, ਦੋ ਤਿੰਨ ਚਾਰ ਪੰਜ ਛੇ ਸੱਤ 8 ਘੰਟੇ ਦੇ ਵਿੱਚ ਪ੍ਰਾਈਸ ਇੱਥੋਂ ਲੈ ਕੇ ਇੱਥੇ ਤੱਕ ਪਹੁੰਚੀ। ਸੋ 1 1 ਘੰਟੇ ਦਾ ਰੀਪ੍ਰੈਜ਼ੈਂਟ ਕਰਦੀਆਂ ਸਾਨੂੰ, ਇਦਾਂ ਤੁਸੀਂ 5 ਮਿੰਟ ਵੀ ਕਰ ਸਕਦੇ ਆ, 10 ਮਿੰਟ ਵੀ ਕਰ ਸਕਦੇ ਆ। ਸੋ 19 ਮਿੰਟਾਂ ਦੇ ਵਿੱਚ ਇਹ ਕੈਂਡਲਾਂ ਜਿਹੜੀਆਂ ਆ ਤੁਹਾਨੂੰ ਕਿੰਨੀ ਪ੍ਰਾਈਸ ਚੇਂਜਸ ਹੋਈਆਂ ਆ ਉਹ ਦੱਸਦੀਆਂ ਆ। ਠੀਕ ਹੈ, ਹੁਣ ਇਹ ਬੇਰਿਸ਼ ਮੋਡ ਸੀ, ਮਤਲਬ ਮਾਰਕੀਟ ਥੱਲੇ ਨੂੰ ਆ ਰਹੀ ਸੀਗੀ, ਪਰ ਐਂਡ ਤੇ ਆ ਕੇ ਸਾਨੂੰ ਜਿਹੜੀ ਆ ਹੈਂਗਮੈਨ ਡੋਜੀ ਬਣ ਗਈ। ਹੈਂਗੀਮੈਨ ਹੁੰਦੀ ਆ ਜਦੋਂ ਰੈੱਡ ਬਣੀਆਂ ਕੈਂਡਲਾਂ ਆ ਰਹੀਆਂ, ਤੇ ਐਂਡ ਦੇ ਆ ਕੇ ਇਹ ਜਿਹੜੀ ਆ ਗ੍ਰੀਨ ਫਾਰਮ ਹੋ ਗਈ, ਮਤਲਬ ਆਪੋਜ਼ਿਟ ਕਲਰ ਦੇ ਵਿੱਚ ਫਾਰਮ ਹੋ ਗਈ। ਆਪੋਜ਼ਿਟ ਕਲਰ ਦੇ ਵਿੱਚ ਫਾਰਮ ਹੋਣ ਤੋਂ ਬਾਅਦ ਫਿਰ ਦੂਜੀ ਤੇ ਤੀਜੀ। ਸੋ ਜਦੋਂ ਵੀ ਨੋਰਮਲੀ ਤੁਸੀਂ ਮਾ ਚਾਰਟ ਦੇ ਵਿੱਚ ਇਹ ਕੈਂਡਲਾਂ ਦੇਖਦੇ ਆ, ਯੂ ਲੁੱਕ ਐਟ ਦਿਸ ਕੈਂਡਲ ਕਿ ਪਹਿਲਾ ਪੈਟਰਨ ਜਿਹੜਾ ਸੀ
ਓਪੋਜ਼ਿਟ ਸੀਗਾ, ਥੱਲੇ ਨੂੰ ਆ ਰਿਹਾ ਸੀ, ਸੋ ਇੱਕਦਮ ਹੀ ਗ੍ਰੀਨ ਕੈਂਡਲ ਬਣ ਗਈ, ਉਹ ਵੀ ਡੋਜੀ ਕੈਂਡਲ ਆ, ਐਂਡ ਦੈਨ ਨਾਓ ਤੁਸੀਂ ਦੂਜੀ ਤੇ ਤੀਜੀ ਕੈਂਡਲ ਵੇਟ ਕਰਨੀ ਆ ਉਹਦੀ, ਸੋ ਚਾਰਟ ਦਾ ਟਾਈਮ ਸੇਮ ਰੱਖਣਾ, 1 ਘੰਟਾ ਦੇਖ ਰਿਹਾ ਤਾਂ 1 ਘੰਟਾ ਹੀ ਦੇਖਣਾ, ਅੱਧਾ ਘੰਟਾ ਦੇਖ ਰਿਹਾ ਤਾਂ ਇੱਕ ਅੱਧਾ ਘੰਟਾ ਹੀ ਰੱਖਣਾ, ਸੋ ਅਗਲੀਆਂ 2 ਕੈਂਡਲਸ ਜਿਹੜੀਆਂ ਆ ਦੇ ਵਿਲ ਰੀਪ੍ਰੈਜ਼ੈਂਟ ਯੋਰ ਕਨਫਰਮੇਸ਼ਨ, ਠੀਕ ਹੈ। ਸੋ ਜਦੋਂ ਆਪਾਂ ਇਹਨਾਂ ਨੂੰ ਹੈਮਰ ਨੂੰ ਦੇਖ ਕੇ ਟ੍ਰੇਡ ਲੈਣਾ ਆ, ਆਪਾਂ ਪਹਿਲਾਂ ਦੇਖਣੀ ਆ ਸੋ ਮੈਨੀ ਰੈਡ ਕੈਂਡਲਸ, ਫਿਰ ਦੇਖਣੀ ਗ੍ਰੀਨ ਕੈਂਡਲ ਆਈ ਜਿਹੜੀ ਲੌਂਗ ਲੈ ਕੇ ਆ ਪਰ ਉੱਪਰ ਬਾਡੀ ਛੋਟੀ ਆ, ਸੋ ਉਹਦੇ ਵਿੱਚ ਕੀ ਹੁੰਦਾ ਕਿ ਉਦੋਂ ਬਾਅਦ ਦੂਜੀ ਕੈਂਡਲ ਤੇ ਤੀਜੀ ਕੈਂਡਲ ਬੜੀਆਂ ਸੇਮ ਕਲਰ ਦੀਆਂ, ਮਤਲਬ ਮਾਰਕੀਟ ਜਿਹੜੀ ਆ ਸ਼ੋ ਕਰਦੀ ਹੈ ਕਿ ਅਸੀਂ ਹੁਣ ਵਾਪਸ ਚੱਲੇ ਆ, ਵਾਪਸ ਪ੍ਰਾਈਸ ਜਿਹੜੀ ਆ ਉੱਪਰ ਨੂੰ ਚੱਲੀ ਆ, ਤੁਸੀਂ ਇੱਥੇ ਜਾ ਕੇ ਟ੍ਰੇਡ ਲੈ ਸਕਦੇ ਆ ਤੀਜੀ ਕੈਂਡਲ ਦੇ ਵਿੱਚ, ਯੂ ਕੈਨ ਬਾਏ ਦੈਟ। ਜਿਹੜਾ ਸੈਲ ਹੁੰਦਾ ਹੈ ਉਹਦਾ ਦੇਖਣਾ ਹੁੰਦਾ ਕਿ ਆਪੋਜ਼ਿਟ, ਉਹਦੇ ਚ ਕੀ ਹੁੰਦਾ ਹੈ ਕਿ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਪਹਿਲਾਂ, ਫਿਰ ਇੱਕਦਮ ਹੀ ਆ ਕੇ ਉੱਥੇ ਹੈਮਰ ਬਣ ਗਿਆ, ਹੈਮਰ ਬਣਨ ਤੋਂ ਬਾਅਦ ਹੈਮਰ ਜਿਹੜਾ ਹੁੰਦਾ ਹੈ ਬੇਰਿਸ਼ ਆ, ਹੈਂਗਮੈਨ ਜਿਹੜਾ ਹੁੰਦਾ ਹੈ ਬੁਲਿਸ਼ ਆ, ਸੋ ਹੈਮਰ ਬਣਨ ਤੋਂ ਬਾਅਦ ਸੌਰੀ ਹੈਂਗਮੈਨ ਜਿਹੜਾ ਆ ਬੇਰਿਸ਼ ਆ, ਸੋ ਪਹਿਲਾਂ ਬੁਲਿਸ਼ ਮਾਰਕੀਟ ਆ, ਸੋ ਦੈਨ ਵੀ ਹੈਡ ਹੈਂਗਿੰਗ ਮੈਨ ਕਮਿੰਗ ਇਨ, ਐਂਡ ਹੈਂਗਿੰਗ ਮੈਨ ਜਦੋਂ ਆਇਆ ਉਸ ਤੋਂ ਬਾਅਦ ਦੂਜੀ ਕੈਂਡਲ ਤੀਜੀ ਕੈਂਡਲ ਯੂ ਟੇਕ ਟ੍ਰੇਡ ਦੇਅਰ ਐਂਡ ਦੈਨ ਇਟ ਵਿਲ ਕੈਰੀ ਆਨ ਕਰਦਾ। ਸੋ ਇਦਾਂ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਦੇਖ ਕੇ ਜਦੋਂ ਆਪਾਂ ਟ੍ਰੇਡ ਲੈਂਦੇ ਆ, ਦਿਸ ਇਜ਼ ਵਾਟ ਵੀ ਨੀਡ ਟੂ ਸੀ। ਸੋ ਇਹਦਾ ਸਿਰਫ ਇੱਕੋ ਪੈਟਰਨ ਆ, ਬਿਕੋਜ਼ ਆਪਣੇ ਕੋਲ ਬਹੁਤ ਸਾਰੇ ਇਦਾਂ ਦੇ ਪੈਟਰਨ ਆ ਜਿਹੜੇ ਦੇਖਣੇ ਆ ਆਪਾਂ ਤੇ ਟ੍ਰੇਡ ਲੈਣੇ ਆ। ਸੋ ਲੌਂਗ ਸ਼ੈਡੋ ਵਿਕ ਉਹ ਬਿਕ ਜਿਹੜੀ ਆ ਉਹ ਅਪ ਟੂ 2 ਜਾਂ 3 ਗੁਣਾ ਬਾਡੀ ਤੋਂ ਵੱਡੀ ਹੁੰਦੀ ਆ, ਠੀਕ ਆ। ਸੋ ਜਿਹੜੀ ਵਿਕ ਹੁੰਦੀ ਆ ਨੋਰਮਲੀ ਜਿੰਨੀ ਵੀ ਬਾਡੀ ਆ ਨਾ ਉੱਥੋਂ ਦੁੱਗਣੀ ਜਾਂ ਦੁੱਗਣੀ ਜਾਂ ਤਿੱਗਣੀ ਹੁੰਦੀ ਆ, ਮਤਲਬ 2-3 ਗੁਣਾ ਵੱਡੀ ਹੁੰਦੀ ਆ। ਲਿਟਲ ਔਰ ਨੋ ਅਪਰ ਵਿਕ, ਸੋ ਉੱਪਰ ਜਾ ਕੇ ਕੋਈ ਵਿਕ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਜ਼ਰੂਰੀ। ਸੋ ਹੈਂਗਮੈਨ ਇਦਾਂ ਆ, ਹੈਮਰ ਇਦਾਂ, ਹੈਮਰ ਮਤਲਬ ਉਹਦੇ ਕੰਪਲੀਟਲੀ ਵਿਕ ਹੈ ਨਹੀਂ, ਹੈਂਗਮੈਨ ਦੇ ਉੱਤੇ ਥੋੜੀ ਜਿਹੀ ਵਿਕ ਬਣੀ ਹੋਈ ਆ। ਦ ਰੀਅਲ ਬਾਡੀ ਆਫ ਇਜ਼ ਇਨ ਦ ਅਪਰ ਥਰਡ ਆਫ ਦਾ ਟ੍ਰੇਡਿੰਗ ਰੇਂਜ, ਠੀਕ ਹੈ। ਸੋ ਉੱਪਰਲੇ ਹਿੱਸੇ ਦੇ ਵਿੱਚ ਆ, ਨੋਟ ਥੱਲੇ ਜਾਂ ਨੋਟ ਗੱਬੇ, ਉੱਪਰਲੇ ਹਿੱਸੇ ਦੇ ਵਿੱਚ ਬਾਡੀ ਬਣੀ ਹੋਈ ਆ, ਤਾਂ ਇਹਨੂੰ ਆਪਾਂ ਕਾਊਂਟ ਕਰਨਾ ਇਸ ਕ੍ਰਾਈਟੇਰੀਆ ਨੂੰ ਇਹਦੇ ਵਿੱਚ ਆਉਣ ਦੇ ਲਈ, ਠੀਕ ਆ। ਸੋ ਜੇ ਬੇਰਿਸ਼ ਮਾਰਕੀਟ ਆਉਂਦੀ ਆ ਤਾਂ ਜਿਹੜੀ ਆ ਹੈਮਰ ਆ ਉਹ ਬੁਲਿਸ਼ ਮਤਲਬ ਗ੍ਰੀਨ ਹੋਊਗਾ, ਜੇ ਬੁਲਿਸ਼ ਆ ਰਹੀ ਆ ਤਾਂ ਹੈਂਗਮੈਨ ਬਣ ਜਾਊਗਾ ਤੇ ਉਹ ਰੈਡ ਹੋਊਗਾ, ਉਹਨੂੰ ਥੱਲੇ ਨੂੰ ਜਾਣ ਦਾ ਸਾਈਨ ਦੇਣਾ। ਸੋ ਇਹਦਾ ਮਤਲਬ ਜੇ ਰੈਡ ਕੈਂਡਲ ਆਈਆਂ ਪਹਿਲਾਂ ਆ ਦੇਖ ਲਈਏ, ਇਹਦਾ ਮਤਲਬ ਇਹ ਸਾਈਨ ਹੈ ਕਿ ਹੁਣ ਮਾਰਕੀਟ ਨੇ ਸਲੋ ਡਾਊਨ ਹੋ ਗਈ ਆ, ਸੋ ਨਾਓ ਇਟ ਮਾਈਟ ਬੀ ਰਿਵਰਸਲ। ਸੋ ਅਸੀਂ ਇੱਥੇ ਨਹੀਂ ਟ੍ਰੇਡ ਲੈਣਾ, ਅਸੀਂ ਵੇਟ ਕਰਨੀ ਦੂਜੀ ਕੈਂਡਲ ਤੇ ਤੀਜੀ ਕੈਂਡਲ ਫਾਰਮ ਹੋਣ ਦੀ, ਜੋ ਤੀਜੀ ਕੈਂਡਲ ਫਾਰਮ ਹੋਈ ਦੈਟ ਇਜ਼ ਵੈਨ ਵੀ ਕੈਨ ਐਂਟਰ, ਕੀ ਕਨਫਰਮਿੰਗ ਕਿ ਹਾਂ ਇਹ ਟ੍ਰੇਡ ਕਨਫਰਮ ਕਰਦਾ ਪਿਆ ਹੁਣ ਕਿ ਮਾਰਕੀਟ ਜਿਹੜੀ ਆ ਰਿਵਰਸ ਟ੍ਰੈਂਡ ਦੇ ਵਿੱਚ ਚੱਲ ਗਈ ਆ।